ਆਪਾਂ ਕਹਿੰਦੇ ਵੀ ਇਹ ਬੜਾ ਦੂਰਦਰਸ਼ੀ ਆਦਮੀ ਹੈ, ਇਹ 100 ਸਾਲ ਪਹਿਲਾਂ ਦੀ ਗੱਲ ਸੋਚਦਾ ਹੈ, ਅੱਗੇ ਦੀ ਸੋਚਦਾ ਹੈ। ਹੁਣ 100 ਸਾਲ ਅੱਗੇ ਆਖ ਤਾਂ ਦੇਖਦੀ ਤੱਕ ਨਹੀਂ। ਅੰਗਰੇਜ਼ ਬੜੀ ਸਿਆਣੀ ਕੌਮ ਹੈ, ਉਹ 100 ਸਾਲ ਜਾਂ 50 ਸਾਲ ਅੱਗੇ ਦੇਖਦੀ ਹੈ। ਹੁਣ ਇਸ ਅੱਖ ਨਾਲ 100 ਸਾਲ ਕਿਵੇਂ ਦੇਖ ਲੂ ਹੋਈ, ਬਸ ਆਹੀ ਗੱਲ ਹੈ। ਉਹ ਅੰਦਰ ਇਹ ਅੱਖ ਵਿੱਚ ਜਿਹੜੀ ਅੱਖ ਕੰਮ ਕਰਦੀ ਹੈ ਉਹ ਹੈ ਸਾਡੀ ਅਕਲ, ਉਹਦਾ ਨਾਂ ਅਕਲ ਹੈ। ਬਸ ਅਕਲ ਇਹ ਬਦਲੀ ਹੈ, ਬੁੱਧ ਬਦਲੀ ਸਿੱਧ, ਜਿਹਨੇ ਬੁੱਧ ਬਦਲ ਗਈ ਨਾ ਦੂਰਦਰਸ਼ੀ ਹੋ ਗਈ, ਦੇ ਲੰਬੀ ਨਜ਼ਰ ਨਿਹਾਲੀਏ ਫਿਰ ਸਮਝ ਆ ਜੂ ਨਿਰਾਕਾਰ ਕੀ ਹੁੰਦਾ। ਫਿਰ ਵੀ ਇਹਦਾ ਇਹਨੂੰ ਐਂ ਪਤਾ ਲੱਗਣਾ ਮੈਂ ਕੀ ਹਾਂ, ਯਾਨੀ ਇਹ ਝੂਠ ਸੰਸਾਰ ਝੂਠ ਵਿੱਚ ਸੱਚ ਕੀ ਹੈ। ਸੰਸਾਰ ਝੂਠ ਹੈ ਨਾ, ਕੂੜ ਸਭ ਸੰਸਾਰ, ਇਹਦੇ ਵਿਚਲੇ ਸੱਚ ਦਾ ਇਹਨੂੰ ਪਤਾ ਲੱਗਣਾ। ਪਹਿਲਾਂ ਤਾਂ ਆਪਣਾ ਹੀ ਪਤਾ ਲੱਗਣਾ, ਸਰੀਰ ਸੰਸਾਰ ਦੇ ਨਾਲ ਹੀ ਸਾਡਾ ਸੰਬੰਧਿਤ ਹੈ, ਸਾਡਾ ਸਰੀਰ ਵੀ ਤਾਂ ਉਸ ਸੰਸਾਰ ਦਾ ਹਿੱਸਾ, ਆਪਣੇ ਸਰੀਰ 'ਚੋਂ ਹੀ ਸੱਚ ਦਾ ਪਤਾ ਲੱਗ ਗਿਆ, ਆਤਮ ਦਰਸ਼ਨ ਹੋ ਗਿਆ। ਇਹ ਸਾਰਿਆਂ 'ਚ ਹੈ, ਇਹੋ ਜਿਹਾ ਹੀ ਆ ਸਾਰਿਆਂ 'ਚ, ਇਹੋ ਜਿਹਾ ਹੀ ਆ ਸਾਰਿਆਂ 'ਚ। ਸਾਨੂੰ ਵੀ ਝੂਠ ਦੇ ਵਿੱਚ, ਅਸੀਂ ਜਿਹੜਾ ਬੋਲਦਾ ਪੁਰਸ਼ ਹੈ ਅੰਦਰ ਉਹ ਆਪ ਹੀ ਸਤ ਸਰੂਪ ਹੈ, ਉਹਨੇ ਆਪਣੇ ਆਪ ਨੂੰ ਜਾਣਨਾ, ਕਿਸੇ ਨੂੰ ਨਹੀਂ ਜਾਣਨਾ। ਹੋਰ ਆਪਣੇ ਆਪ ਨੂੰ ਆ ਜਾਣਨਾ, ਹੋਰ ਨਹੀਂ ਕਿਸੇ ਨੂੰ ਜਾਣਨਾ। ਇਸ ਕਰਕੇ ਆਤਮ ਦਰਸ਼ਨ ਹੈ, ਆਤਮ ਗਿਆਨ ਹੈ, ਆਤਮ ਧਿਆਨ ਹੈ, ਤਿੰਨ ਚੀਜ਼ਾਂ ਨੇ ਗੁਰਬਾਣੀ ਦੇ ਵਿੱਚ। ਗਿਆਨ ਆਤਮ ਗਿਆਨ, ਧਿਆਨ ਆਤਮ ਧਿਆਨ। ਕਿਸੇ ਰੱਬ ਪਰਮੇਸ਼ਰ ਦਾ ਧਿਆਨ ਨਹੀਂ, ਕਿਸੇ ਦੂਸਰੇ ਦਾ ਧਿਆਨ ਨਹੀਂ। ਦੂਸਰੇ ਦਾ ਧਿਆਨ ਧਰੋਗੇ ਬਾਹਰ ਧਿਆਨ ਧਰੋਗੇ, ਜੇ ਦੂਸਰੇ ਦਾ ਧਿਆਨ ਧਰੋਗੇ ਬਾਹਰ ਧਰੋਗੇ, ਬਾਹਰ ਤਾਂ ਬਾਹਰ ਟੋਲੇ ਸੇ ਭਰ ਭੁਲਾਈ, ਬਾਹਰ ਟੋਲੇ ਸੇ ਭਰ ਭੁਲਾਈ। ਦੂਏ ਸਰੀਰ ਦੇ ਵਿੱਚੋਂ, ਆਪਣੇ ਗੁਰੂ ਦੇ ਸਰੀਰ 'ਚੋਂ ਵੀ ਜੇ ਗੁਰੂ ਕਿਸੇ ਨੇ ਧਾਰਿਆ ਹੋਇਆ, ਉਹ ਜੋ ਵੀ ਆਤਮਾ ਨੂੰ ਦੇਖਣਾ ਜਿਹੜਾ, ਉਹ ਵੀ ਬਾਹਰ ਧਿਆਨ, ਉਹ ਵੀ ਬਾਹਰ ਧਿਆਨ। ਆਪਣੇ ਵਿੱਚੋਂ ਦੇਖਣਾ, ਪਹਿਲਾਂ ਕੀ ਦੇਖਣਾ, ਪਹਿਲਾਂ ਜਾਤ ਮੈਂ ਜੋਤ ਦੇਖਣੀ ਹੈ। ਸਰੀਰ ਜਾਤ ਹੈ, ਇਹਦੇ ਵਿੱਚ ਜੋਤ ਕੀ ਹੈ, ਜੋਤ ਮਨ, ਮਨ ਤੂੰ ਜੋਤ ਸਰੂਪ ਹੈ, ਜੋਤ ਪਰਮੇਸ਼ਰ ਨਹੀਂ ਹੈ। ਜਿਹਨਾਂ ਨੂੰ ਭੁਲੇਖਾ ਨਾ ਪਰਮੇਸ਼ਰ ਦੀ ਜੋਤ ਹੈ, ਇਹ ਗੱਲ ਗਲਤ ਹੈ, ਗੁਰਬਾਣੀ ਨਹੀਂ ਕਹਿੰਦੀ ਇਹ ਗੱਲ ਨੂੰ। ਪਤਾ ਨਹੀਂ ਅਸੀਂ ਕਿੱਥੋਂ ਕਿੱਥੋਂ ਸੁਣ ਕੇ ਗੱਲਾਂ ਬਣੀਆਂ ਹੋਈਆਂ ਨੇ, ਪਰਮੇਸ਼ਰ ਦੀ ਕੋਈ ਜੋਤ ਨਹੀਂ ਹੈ। ਪਰਮੇਸ਼ਰ ਸ਼ਬਦ ਰੂਪ ਹੁੰਦਾ, ਜੋਤ ਈਸ਼ਵਰ ਦੀ ਹੁੰਦੀ ਹੈ, ਪਰਮੇਸ਼ਰ ਦੀ ਨਹੀਂ ਹੁੰਦੀ। ਈਸ਼ਵਰ ਡਿਵਾਈਡ ਹੋ ਸਕਦਾ ਹੈ, ਪਰਮੇਸ਼ਰ ਡਿਵਾਈਡ ਨਹੀਂ ਹੁੰਦਾ ਹੁੰਦਾ। ਪਰਮੇਸ਼ਰ ਤਾਂ ਅਨੇਕ ਤੋਂ ਇੱਕ ਹੁੰਦਾ ਹੁੰਦਾ, ਜਿਹੜਾ ਸ਼ਬਦ ਹੈ ਅਨੇਕ ਤੋਂ ਇੱਕ ਹੋਇਆ ਹੋਇਆ। ਈਸ਼ਵਰ ਡਿਵਾਈਡ ਹੁੰਦਾ, ਈਸ਼ਵਰ ਇੱਕ ਹੁੰਦਾ, ਜਿਹੜਾ ਇੱਕ ਹੈ ਉਹਨੂੰ ਈਸ਼ਵਰ ਕਹਿੰਦੇ ਨੇ। ਜਿਹੜਾ ਇੱਕ ਹੈ, ਇੱਕ ਹੈ ਈਸ਼ਵਰ ਵਾਸਤੇ ਆਇਆ ਗਾਵਟ, ਉਹਨੂੰ ਈਸ਼ਵਰ ਬ੍ਰਹਮਾ ਦੇਵੀ। ਪਰ ਈਸ਼ਵਰ ਜਿੰਨਾ ਚਿਰ ਇੱਕ ਹੈ ਉਹਨਾਂ ਚਿਰ ਈਸ਼ਵਰ ਸੱਚਖੰਡ ਜਾਂ ਜ਼ਿਆਦਾ ਡਿਵਾਈਡ ਹੋ ਗਿਆ ਨਾ, ਦੁਚਿੱਤੀ ਪੈਦਾ ਹੋ ਗਈ, ਫਿਰ ਇੱਥੇ ਆ ਜਾਂਦਾ ਈਸ਼ਵਰ, ਡਿਫੈਕਟਿਵ ਹੋ ਜਾਂਦਾ, ਡਿਫੈਕਟ ਪੈਦਾ ਹੋ ਗਿਆ ਈਸ਼ਵਰ 'ਚ, ਡਿਫੈਕਟਿਵ ਹੋ ਗਿਆ। ਉਹ ਡਿਫੈਕਟ ਦੂਰ ਕਰਨ ਵਾਸਤੇ ਆਇਆ ਹੋਇਆ ਵਰਕਸ਼ਾਪ 'ਚ, ਇਹ ਹਸਪਤਾਲ ਕਹਿ ਲਓ ਇਹਨੂੰ, ਕੋਈ ਵਰਕਸ਼ਾਪ ਕਹਿ ਲਓ ਇਹਨੂੰ। ਉਹ ਡਿਫੈਕਟ ਜਿਹੜਾ ਇਹ 'ਚ ਕਮੀ ਪੈ ਗਈ ਉਹ ਦੂਰ ਕਰਨ ਵਾਸਤੇ ਆਇਆ। ਐਂ ਕਹਿ ਲਓ ਲਾਲ ਸੀ, ਤੜ ਗਿਆ, ਤੇੜ ਆ ਗਈ ਵਿੱਚ। ਉਹ ਜਿਹੜੀ ਤੇੜ ਹੈ, ਤੇੜ ਨਾਲ ਦੋ ਹੋ ਗਏ, ਤੇੜ ਦੂਰ ਕਰਨ ਵਾਸਤੇ ਆਇਆ ਹੋਇਆ। ਇਹਦੀ ਜਿਹੜੀ ਭਰਮ ਦੀ ਤੇੜ ਹੈ ਨਾ ਵਿੱਚ, ਉਹ ਦੂਰ ਹੋ ਜੂ। ਹੁਣ ਗੱਲਾਂ ਤਿੰਨ ਚਾਰ ਕਹਿਤੀਆਂ ਹੈ ਸਾਰੀਆਂ 'ਚ ਕੁਛ ਵੀ ਨਹੀਂ, ਨਾ ਤਾਂ ਤੇੜ ਹੈ, ਕਮੀ ਹੈ, ਗਿਆਨ 'ਚ ਕਮੀ ਆ ਗਈ। ਗਿਆਨ ਦੀ ਕਮੀ ਦੂਰ ਕਰਨਾ ਹੈ। ਕਮੀ ਕਿਵੇਂ ਆ ਗਈ? ਜਿਵੇਂ ਕਹਿੰਦੇ ਕੋਈ ਰਾਜਾ, ਬਹੁਤ ਰਾਜੇ ਬੈਠੇ ਨੇ ਲੱਖਾਂ ਕਰੋੜਾਂ ਆਪਣੇ ਆਪਣੇ ਸਿੰਘਾਸਣਾਂ 'ਤੇ, ਕੁਰਸੀਆਂ 'ਤੇ, ਸਭਾ ਰਾਜਿਆਂ ਦੀ ਹੈ ਉਹ। ਰਾਜੇ ਕੋਈ ਫੈਸਲਾ ਲੈਂਦੇ ਨੇ, ਸਾਰੇ ਰਾਜੇ ਨੇ ਉੱਥੇ,
सारे भगत राजे ही ने, राजे कह लो चाहे भगत कह लो चाहे उन्होंने दास कह लो, पर है सब बराबर, बड़ा छोटा कोई नहीं, चाहे पंच कह लो। नरपत एक संघासन सोया सुपने पर जो सुपने च दो हो जाते हैं शरीर, एक शरीर पिया होता है एक शरीर सुपने च फिरता होता है, यह जी हालत हुई हुई है, सुपने चो जागना ही है ने। सुपने जब खत्म हो गया जाग पिया फिर एक जिन्हें जो सुपना उन्ना चर दो बस नेड़े की मिसाल है, ये नेड़े की मिसाल जिन्ना चर सुपना उन्ना चर दो है, जब जाग पू फिर एक, फिर दो नहीं रहने, फिर एको ही ये सारा कुछ इदा मिसाल दे समझाया है। आत्म दर्शन आना आत्म ध्यान धारण देने, आत्म अंदर है पहला आत्म चीनण, कहो नानक बिन आपा चीना है मिटे ना भरम की कही, कोई परमेश्वर की गल नहीं है कीती हुई, परमेश्वर तो लीन होना है, वो बाद की गल है लीन गल होना, गुर शब्द समाव है अवर ना जाने कोई जी उदों की गल है, पहला तन चो मन देखना, मन की है मन जोत स्वरूप है, जात में जी जोत है पहला वो समझनी की है, फिर जोत में है जाता, फिर ध्यान जोत के अंदर मन के अंदर टका के रखना, अपने ज्ञान के अंदर ही झकना, अपने ज्ञान के अंदर झाकण आत्म ध्यान कहते, अपने ज्ञान के दायरे के अंदर ही झाकते रहने बाहर नहीं झाकना। दूजी बात न धड़ी करना जाने जाना है, फिर कि दर्शन होना है परात्मा, आत्मा तो परे की चीज का, आत्मा तो परे की है, परे हुक्म है तो होर की है, परे होर की होना है, सातों परे का हुक्म है, फिर हुक्म बूझ होना है, हुक्म बूझ परम पद पाई, फिर डोर जिते हिलती है ना तेरे अंदर बनी हुई है, जिहड़ी डोर सानू चलाउंदी है वो डोर महसूस होनी है भी कित्थों खिच पैंदी है डोर दी, प्रभु डोरी हाथ तुम्हारे है ना, गुरमुख ज्ञान डोरी प्रभु पकड़ी, जिन खिंचै तिन जाई, वो खिच जिथे पैनी है उत्थे डोरी है, उत्थे ही ध्यान रहना, फिर डोरी भी दी जूगी उत्थे, डोरी दी जू उत्थे और जगह भी दी जू, वो जिहड़ी जगह है वो है वो बिंदु, वो बिंदु है उत्थों ही शब्द प्रगट होना है, असल जो डोरी जिहड़ी खिच है शब्द दी हुई है, उहदे भाणे दी खिच है जिवें उह चलाउंदा होवे उत्थों, ओही अंदर पैदा कर दिए फुल खिचे चीजा फुल ने पैदा कर दी है अंदर, वो हिलाती है, जब पानी से कोई चीज़ सड़ दें आप फिर पानी की हिलचल पैदा कर देती है, साढ़े जल कोई वह फुरना आता हिलचल पैदा हो जाती है, डोरी खिंच हिलचल पैदा हो जाती है,